ਉਹ ਸਾਹ ਮੇਰੇ ਕਿਸੇ ਭਲਵਾਨ ਨਾਲ ਕੁਸ਼ਤੀ ਕਰਾਓ ਜੀ। ਆ ਵੀ ਭਲਵਾਨਾ ਤੇਰੀ ਪਕੜ ਦੇਖੀਏ। ਬਾਈ ਇਹਨੂੰ ਬਦਮਾਸ਼ੀ ਤੇ ਨਸ਼ਿਆਂ ਤੋਂ ਹਟਾ ਕੇ ਖਾੜੀ ਭੇਜਿਆ ਕਰ ਮੇਰੇ ਕੋਲ ਸ਼ਾਮ ਨੂੰ। ਭਲਵਾਨ ਬਣਨ ਵਾਲੇ ਭਲਵਾਨ ਇਹ। ਇਹ ਬੈਲ ਪਾਣਾ ਤਾਂ ਸਾਨੂੰ ਵਿਰਾਸਤ ਮਿਲਿਆ, ਇਹ ਤਾਂ ਜੱਟ ਦੇ ਨਾਲ ਕਬਰਾਂ ਤੱਕ ਜਾਊ, ਨਾਲੇ ਇਸੇ ਕਰਕੇ ਤਾਂ ਇਹ ਪੱਠਾ ਤਿਆਰ ਕੀਤਾ ਗਾ। ਉਹ ਬਦਮਾਸ਼ੀਆਂ ਦਾ ਅੰਤ ਮਾੜਾ ਹੁੰਦਾ ਭਾਈ, ਸਾਰੀ ਦੁਨੀਆ ਜਾਣਦੀ ਹੈ। ਉਹ ਕੱਲ ਕਿਹਨੇ ਦੇਖੀ। ਸਤਿ ਸ੍ਰੀ ਅਕਾਲ ਭਾਈ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਹਾਂ ਦੇਖ ਲੈ ਪੁੱਤ, ਮੈਂ ਤਾਂ ਹੀ ਤੁਹਾਨੂੰ ਕਹਿੰਦੀ ਆ ਵੀ ਨਸ਼ੇ ਨਾ ਕਰਿਆ ਕਰੋ ਪੁੱਤ, ਖੁਰਾਕਾਂ ਕਰਿਆ ਕਰੋ ਖੁਰਾਕਾਂ। ਹਾਂ ਨਾ ਤੈਨੂੰ ਮੈਂ ਕਹਿੰਦੀ ਆ ਕੰਜਰਾ, ਤੂੰ ਵੀ ਐ ਘੋਲ ਕਰਿਆ ਕਰ। ਮੈਂ ਵੀ ਕਰਦਾ ਹੁੰਦਾ ਜੀ ਬੇਬੇ। ਦਿਖਾ ਤੇਰੀ ਬਾਦੀ, ਤੂੰ ਐਂ ਖਾਂਦੇ ਆ ਖੁਰਾਕਾਂ, ਆਪਾਂ ਇਹੋ ਜਿਹੀਆਂ ਖੁਰਾਕਾਂ ਨਹੀਂ ਖਾਂਦੇ। ਹਾਂ ਹੋਰ ਕੀ ਤੂੰ ਖਾਂਦਾ? ਆਪਾਂ ਦੋ ਤੁੰਬੇ ਚਾਹ ਦੇ ਪੀਂਦੇ ਨੇ। ਦੇਖ ਬਾਡੀ। ਹਾਂ ਕਿਹਦਾ ਮਸਤ ਮਾਰਦਾ ਕੰਜਰ ਦੀ ਬਾਦੀ ਚ। ਤੇਰੀ ਬਾਡੀ ਕਿਤੇ ਫਟ ਨਾ ਜਾਵੇ। ਮੈਂ ਭੂਆ ਐਂ ਕਿਵੇਂ ਫਟਦੀ? ਭੂਆ ਤੂੰ ਮੇਰੀ ਗੱਲ ਕਿਉਂ ਨੀ ਸੁਣਦਾ? ਮੇਰੇ ਦੰਦ ਚ ਪੀਰ ਹੋ ਜਾਂਦਾ, ਤੂੰ ਭੂਆ ਮੇਰਾ ਜਾ ਕੇ ਦੰਦ ਕਰਾ ਲਿਆ। ਦੰਦ ਤੇਰਾ ਮੈਂ ਖੜਾ ਦਿੰਦੀ ਆਉਂਦੀ। ਹੋਰ ਬਾਈ ਫਸਲ ਬਾੜੀ ਤਾਂ ਠੀਕ ਹੈ? ਹਾਂ ਠੀਕ ਹੈ, ਧਾਰ ਤਾਂ ਵਧੀਆ ਨਿਕਲਦਾ। ਹਾਂ ਵਧੀਆ ਨਿਕਲਦਾ। ਸਰਦਾਰ ਦਵਾਰਾ ਸਿੰਘ ਜੀ ਕਰੀ ਹੈਗੀ ਜੀ, ਜੇ ਤੂੰ ਲੰਡਰਾਂ ਗਾਲਾਂ ਖਾਂਦੇ ਨਾ ਕਿਸੇ ਕੋ ਤਲਵਾਰਿਆ। ਆਜਾ ਆਜਾ ਭੂਆ ਲੰਘੇ ਆ ਘਰੀ। ਆ ਆਜਾ ਹੈਗਾ ਹੈਗਾ। ਮੈਂ ਤਾਂ ਸਰਪੰਚਾਂ ਦੇ ਜਾਂਦੀ ਸੀ, ਮੈਂ ਸੋਚਿਆ ਜਾਂਦੀ ਜਾਂਦੀ ਚੱਲ ਦਲਵਾਰੇ ਨੂੰ ਮਿਲ ਚੱਲ। ਸੁੱਖ ਨਾਲ ਦਲਵਾਰੇ, ਤੇਰੇ ਤਾਂ ਮੁੰਡੇ ਹੁਣ ਜਵਾਨ ਹੋ ਗਏ। ਉਹ ਤਾਂ ਭੂਆ ਐ ਗੱਲ, ਉਹ ਮੇਰਾ ਛੋਟਾ ਮੁੰਡਾ ਤਾਂ ਪੜ੍ਹਦਾ ਹੈ ਜੀ, ਉਹ ਤਾਂ ਪੜ੍ਹਾਈ ਚ ਵੀ ਹਰ ਸਾਲ ਫਸਟ ਆਉਂਦਾ ਹੈ। ਉਹ ਤਾਂ ਮੇਰਾ ਪੁੱਤ ਪੜ੍ਹ ਲਿਖ ਕੇ ਕੋਈ ਵੱਡਾ ਅਫਸਰ ਬਣੂਗਾ। ਮਾਂ ਬਾਪ ਨੂੰ ਉਮੀਦਾਂ ਹੁੰਦੀਆਂ ਨੇ ਤੇ ਵੱਡਾ ਕਾਕਾ। ਹਾਂ ਜੇ ਭੂਆ ਤੂੰ ਫਿਰ ਕੋਈ ਗੱਲ ਛੇੜਨੀ ਆ ਤਾਂ ਮੇਰੇ ਵੱਡੇ ਸਾਹ ਵੀ ਪੁੱਤ ਬਾਰੇ ਛੇੜ ਲੈ। ਤੇ ਆਪਣਾ 18 ਟਰਾਲਾ ਟਰਾਲਾ ਨਹੀਂ ਮਿਲਦੀ ਨਾ ਅੱਜ? ਟਰਾਲਾ? ਅੱਛਾ ਅੱਛਾ, ਮੈਂ ਸਮਝ ਗਿਆ ਤੂੰ ਕਿਹਨੂੰ ਕਹਿ ਰਹੀ ਹੈ। ਭਾਜਨਪੁਰ ਦੀ ਗੱਲ ਕਰਦੀਆਂ, ਉਹ ਤਾਂ ਭੂਆ ਗਈ ਹੋਈ ਹੈ ਪੇਕੇ, ਉਹਦੇ ਭਰਾ ਦੇ ਸੱਟਾਂ ਸੁੱਟਾਂ ਜੀਆਂ ਵੱਜੀਆਂ, ਉਹਦਾ ਪਤਾ ਲੈਣ ਦੀ। ਤੇ ਆਹ ਭਾਈ ਨਹੀਂ ਮੇਰੇ ਸਿਆਣ ਚ ਆਇਆ ਇਹ ਕੰਮ? ਇਹ ਤਾਂ ਭੂਆ ਮੇਰਾ ਸਾਧੂ ਹੈ। ਮੈਂ ਨਹੀਂ ਹੈਗਾ ਕਿਤੇ ਰੋਡ ਤੇ ਇਹਦਾ ਡਰ। ਇਹ ਮੇਰਾ ਵੱਡਾ ਪੁੱਤ ਹੈ ਭੂਆ ਸਾਹਿਬ। ਆ ਕਰਾਮਾ ਰਿਸ਼ਤਾ ਤੈਨੂੰ ਫਿਰ? ਨਾ ਨਾ ਭੂਆ, ਮੈਨੂੰ ਬੜਾ ਤਾਂ ਵਧਣ ਦੇ, ਮੈਂ ਵੀ ਕਰਾਉਣਾ ਪਿਆ। ਦੇਖ ਕਿਵੇਂ ਸਰ, ਦੇਖ ਅੱਗੇ ਤੇਰੇ ਬਾਪ ਨੇ ਮੇਰੇ ਨਾਲ ਕਰਾਇਆ ਹੋਣਾ ਪਿਆ ਹੈ ਨਾ? ਉਹ ਸੰਗਦਾ ਹੈ ਭੂਆ ਕੰਜਰ, ਤੂੰ ਤਲਾਕ ਕਰ ਲੈ, ਰਿਸ਼ਤੇ ਦੀ ਗੱਲ ਤਲਾਕ ਤੇ। ਚੱਲ ਭਾਈ ਕੋਈ ਨਾ, ਰੱਬ ਸੁੱਖ ਰੱਖੇ ਤੇ ਚਲਾਓ। ਆਵੀ ਯਾਰੋ ਬੈਠੋ, ਆਓ ਵੀ ਬੈਠੋ ਬੈਠੋ ਬੈਠੋ। ਬਈ ਅੱਜ ਜਿਹੜਾ ਭੂੰਡਾ ਅਸਕ ਕੁੱਟਿਆ ਨਾ, ਧਰਮ ਨਾਲ ਨਜ਼ਾਰਾ ਹੀ ਆ ਗਿਆ। ਅੱਗੇ ਤੋਂ ਕੁੜੀ ਨੂੰ ਫੋਨ ਨਹੀਂ ਉਹ ਕਦੇ ਕਰੂਗਾ। ਬਾਈ ਜੀ ਕਸੂਰ ਕੱਲੇ ਮੁੰਡੇ ਦਾ ਵੀ ਨਹੀਂ, ਕੁੜੀ ਦਾ ਵੀ ਤਾਂ ਹੈ ਨਾ। ਬਾਈ ਜੀ ਗੱਲ ਤਾਂ ਪਰ ਤੇਰੀ ਵੀ ਸਹੀ ਹੈ, ਪਰ ਤਾੜੀ ਇੱਕ ਹੱਥ ਨਾਲ ਨਹੀਂ ਬਾਈ ਦੀ। ਉਹ ਕਸੂਰ ਚਾਹੇ ਕੁੜੀ ਦਾ ਸੀ ਚਾਹੇ ਮੁੰਡੇ ਦਾ, ਆਪਾਂ ਤਾਂ ਕੁੜੀ ਦੇ ਪਿਓ ਦੇ ਕਿਸੇ ਤੋਂ ਚੰਡ ਦਾ ਸਾਲੇ ਨੂੰ। ਉਹ ਮੈਨੂੰ ਤਾਂ ਕਾਕੇ ਬਾਈ ਨੇ ਹਟਾਤਾ, ਮੈਂ ਤਾਂ ਮਾਰ ਮਾਰ ਮੁੱਕੇ ਸਾਲੇ ਨੂੰ ਮਰਾਸਿਆਂ ਦੀ ਬਾਟੀ ਵਾਂਗੂ ਚਿੱਬਾ ਕਰ ਦਿੰਦਾ। ਬਾਈ ਜੀ ਮੈਨੂੰ ਤਾਂ ਹੋਰ ਡਰ ਸੀ ਕਿਤੇ ਕਾਕਾ ਬਾਈ ਜੀ ਉਹਨੂੰ ਜਾਨੋ ਨਾ ਮਾਰ ਦੇ। ਓਏ ਕਾਕਾ ਆਖਰ ਭਰਾ ਕਿਸ ਦਾ? ਓਏ ਟੀਟੇ ਬਾਈਲੀ ਦਾ। ਬਾਈ ਲਿਆ ਫਿਰ ਪੈਗ ਸੈਗ। ਹੋਰ ਆਮੂ ਆਇਆ ਜੀ।
भाई सोडिया गल्ला सुन के मेरा भी बंदा मारन नु जी करे आंदा ओए कर लो क्यों नु पांदा साला माऊ जा जांदरो नाल पर चक के लिया ओ भाई पाओ फिर ओ लाओ यारो पैक चेक ओ काके तू तो चक यार जिंदरे आके जी तुसी बैठो बड़ी देर करती तुहानू पता तुहाडी लाडली भैन रुस्ती बैठी है ਕਹਿੰਦੀ ਅੱਜ ਵੀ ਵੀਰੇ ਟਾਈਮ ਤੇ ਨਹੀਂ ਆਈ ਰੱਖੜੀ ਬਣਾਉਣ ਉਹ ਅੱਛਾ ਉਹ ਮੈਂ ਤੇ ਭੁੱਲ ਹੀ ਗਿਆ ਸੀ ਕਿ ਅੱਜ ਰੱਖੜੀ ਦਾ ਦਿਨ ਹੈ ਕਿੱਥੇ ਆ ਮੇਰੀ ਲਾਡੋ ਭੈਣ ਜਾ ਸਦਕੇ ਲਿਆ ਉਹਨੂੰ ਜੀ ਹੁਣੇ ਨਹੀਂ ਉਹ ਦੱਤਾਂ ਨੇ ਪੀਣੇ ਦਾਰੂ ਪੀਣੇ ਅਸਰ ਤੋਂ ਬਾਅਦ ਕਿਹੜਾ ਓਏ ਆ ਗਿਆ ਮੇਰਾ ਲਾਡੇ ਪੁੱਤ ਐਵੇਂ ਗੁੱਸਾ ਕਰੀ ਬੈਠੀ ਆ ਕਮਲੀ ਨਾ ਹੋਵੇ ਲੈ ਬਣ ਰੱਖੜੀ ਕੀ ਹੈ ਵੀਰ ਜੀ ਤੁਸੀਂ ਅੱਜ ਦੇ ਦਿਨ ਵੀ ਟਾਈਮ ਨਾਲ ਨਹੀਂ ਸਿਆ ਸਕਦੇ ਮੈਂ ਸਵੇਰ ਦੀ ਤੁਹਾਨੂੰ ਉਡੀਕੀ ਜਾਂਦੀ ਹਾਂ ਓ ਲਾਡੇ ਪੁੱਤ ਐਵੇਂ ਚੇਤਾ ਹੀ ਨਹੀਂ ਰਿਹਾ ਲੈ ਬਣ ਰੱਖੜੀ ਤੇ ਲੈ ਆਪਣੇ ਪੈਸੇ ਆ ਫੜ ਮੇਰਾ ਪੁੱਤ ਦੁਸ਼ਮਣੀ ਦਾ ਸਵਾਦ ਨਹੀਂ ਆਉਂਦਾ ਜਿੰਨਾ ਚਿਰ ਦੁਸ਼ਮਣ ਤਾਕਤਵਰ ਨਾ ਹੋਵੇ ਚੱਲ ਉਹ ਸ਼ੇਰਿਆ ਕਾਕਾ ਜਿਹੜੀ ਜ਼ਮੀਨ ਦਾ ਕਬਜ਼ਾ ਲਿਆ ਸੀ ਦੱਸੋ ਕਦੋਂ ਬਣੀ ਆ ਮਾਰਨਾ ਵੀ ਕੱਲੇ ਸਿੱਖ ਲੋ ਉਹ ਜਦੋਂ ਤੇਰੇ ਜਿਹਾ ਸ਼ਿਕਾਰੀ ਰੱਖੇ ਹੋਣ ਸਾਨੂੰ ਸ਼ਿਕਾਰ ਕਰਨ ਦੀ ਲੋੜ ਹੀ ਨਹੀਂ ਤੂੰ ਸਾਨੂੰ ਸ਼ਿਕਾਰੀ ਕੁੱਤੇ ਸਮਝਦਾ ਉਹ ਅਸੀਂ ਤੈਨੂੰ ਕੁੱਤੇ ਕਦੋਂ ਕਿਹਾ ਜੇ ਤੂੰ ਅਸੀਂ ਭੌਂਕੀ ਆ ਮੈਂ ਤਾਂ ਵੱਖਰੀ ਗੱਲ ਆ ਓ ਜਵਾਨ ਸੰਭਾਲ ਕੇ ਗੱਲ ਕਰ ਓਏ ਓ ਜਦੋਂ ਕਿਤੇ ਕਬਜ਼ਾ ਜਾਂ ਡਾਕਾ ਜਾਂ ਕਤਲ ਹੁੰਦਾ ਤਾਂ ਪੁਲਿਸ ਬਿਨਾਂ ਪੜਤਾਲ ਕਰੇ ਮੇਰਾ ਨਾਂ ਆ ਦਿੰਦੀ ਆ ਤੂੰ ਭੁੱਲ ਗਿਆ ਮੋੜਾ ਤੇ ਜਿਹੜੀ ਬਲਾ ਤੇਰੇ ਅੱਗੇ ਖੜੀ ਹੈ ਨਾ ਉਸ ਬਲਾ ਦਾ ਨਾਂ ਟੀਟਾ ਬੈਲੀ ਆ ਓ ਮੈਂ ਵੀ ਆਪਣੀ ਮਾਂ ਨੂੰ ਕਹਿ ਕੇ ਰੱਖਦਾ ਜਿੰਨਾ ਚਿਰ ਮੈਂ ਘਰੇ ਨਾ ਆਵਾਂ ਓਨਾ ਚਿਰ ਆਟਾ ਨਾ ਗੁੰਨੀ ਓ ਬੇਲਣ 'ਚ ਆਇਆ ਗੰਨਾ ਤੇ ਸ਼ੇਰ ਦੇ ਪਿੰਜਰ 'ਚ ਆਇਆ ਸ਼ਿਕਾਰ ਤੇ ਟੀਟਾ ਬੈਲੀ ਦੇ ਧੱਕੇ ਚੜਾ ਦੁਸ਼ਮਣ ਓ ਦੁਬਾਰਾ ਉਸ ਹਾਲਤ 'ਚ ਨਹੀਂ ਮਿਲਦੇ ਓਏ ਅੱਗ ਲਾ ਕੇ ਫੂਕ ਦੋ ਇਹਨਾਂ ਨੂੰ ਓ ਚੁੱਪ ਕਰਕੇ ਮੇਰਾ ਹਿੱਸਾ ਦੇ ਦੇ ਨਹੀਂ ਤਾਂ ਤੇਰੇ ਘਰ ਦੀਆਂ ਕੰਧਾਂ ਤੇ ਤੇਰੇ ਲਹੂ ਦੇ ਨਿਸ਼ਾਨ ਛਾਪ ਦੂੰ ਓ ਜੇ ਐਡੇ ਹੀ ਬਦਮਾਸ਼ਤੀ ਤਾਂ ਅਪਦੀ ਐ ਤੇ ਰੰਨ ਨੂੰ ਕਿਉਂ ਨਹੀਂ ਫਿਰਦਾ ਨਾਲ ਓ ਜੇ ਸੂਰਮਾ ਸੀ ਤਾਂ ਧੋਖੇ ਨਾਲ ਨਹੀਂ ਮਾਰਨਾ ਸੀ ਬਦਮਾਸ਼ੀਆਂ ਤਾਂ ਨਹੀਂ ਤਾਂ ਸਿੱਖ ਲੀਆਂ ਪਰ ਕਮੀਨਾ ਪਨ ਨਹੀਂ ਸਿੱਖਿਆ ਓ ਚਲੋ ਓਏ ਤੁਹਾਡੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਚਲੋ ਇੱਥੋਂ ਸਰਦਾਰ ਬਾਈ ਜੀ
ਅੱਛਾ ਆਹ ਗੱਲ ਹੈ, ਮਾੜਿਆਂ ਕੰਮਾਂ ਦਾ ਨਤੀਜਾ ਮਾੜਾ ਹੀ ਹੁੰਦਾ। ਮੈਂ ਜਾਣਾ ਮੇਰੇ ਜੱਗੂ ਯਾਰ ਨਾਲ ਵਿਆਹ, ਤੁਸੀਂ ਆਪਣਾ ਨਾਲ ਖੇਤ ਹੈ ਇੱਥੇ ਬੈਠੋ, ਮੈਂ ਤੁਹਾਨੂੰ ਆ ਕੇ ਮਿਲਦਾ, ਡਰੋ ਨਾ। ਸਰਦਾਰ ਕਰਨੈਲ ਸਿੰਘ ਸੂਬੇਦਾਰ ਦੀ ਧੀ ਹੈ। ਦੇਖਣੀ ਉਹ ਕਿਹੜਾ ਗਿਆ ਤੇਰੇ ਪਿੱਛੇ, ਚੁੱਪ ਕਰਕੇ ਬਹਿ ਜਾਂਦੀ। ਪਰਮਾਤਮਾ ਕੇ ਇਹੀ ਅਰਦਾਸ ਕਰਦਾ ਕਿ ਮੇਰਾ ਰਾਣਾ ਪੁੱਤ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਜੇ ਤੇ ਫਿਰ ਮੈਂ ਮੇਰੇ ਸਾਰੇ ਪੁੱਤ ਨੂੰ ਵਿਆਹਾਂ। ਸਾਰੇ ਦੇ ਬਾਪੂ, ਮੈਂ ਤਾਂ ਆਪ ਇਹੀ ਦੋਨੇ ਨੇ ਸੁੱਖਾ ਸੁੱਖ ਦਿਆਂ ਵੀ ਆਪਣੇ ਦੋਨੇ ਪੁੱਤ ਨਸ਼ਿਆਂ ਤੋਂ ਬਚੇ ਰਹਿਣ, ਪੜ੍ਹ ਲਿਖ ਕੇ ਵੱਡੇ ਵੱਡੇ ਅਫਸਰ ਬਣਨ। ਬਹਿੰਦੀ ਉੜਦੀ ਪਰਮਾਤਮਾ ਤੋਂ ਇਹੀ ਦੁਆਵਾਂ ਮੰਗਦੀ ਹਾਂ ਮੈਂ ਤਾਂ ਆਪ। ਕੋਈ ਨੀ ਭਜਨ ਕੁਰੇ, ਪਰਮਾਤਮਾ ਆਪਣੀਆਂ ਅਰਦਾਸਾਂ ਪੂਰੀਆਂ ਕਰੂਗਾ। ਓ ਰਾਣਿਆ, ਦੇਖ ਬਈ ਤੈਂ ਸਾਡੀ ਜਾਨ ਬਚਾਈ ਹੈ, ਅਸੀਂ ਤੇਰਾ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲ ਸਕਦੇ। ਭੁੱਲ ਤਾਂ ਮੈਂ ਵੀ ਨਹੀਂ ਸਕਦਾ ਭਾਈ। ਜੀਤੇ ਮਾਰ ਨੂੰ? ਨਹੀਂ ਨਹੀਂ, ਉਸ ਮੁਟਿਆਰ ਨੂੰ ਜਿਹਦੀਆਂ ਬਿੱਲੀਆਂ ਅੱਖਾਂ ਦੀ ਗੋਲੀ ਸੀਨੇ ਵਿੱਚ ਠਾਹ ਕਰਕੇ ਵੱਜੀ, ਜਾਨ ਹੀ ਕੱਢ ਕੇ ਲੈ ਜੀ। ਭਾਈ ਕਿੰਨਾ ਦੀ ਕੁੜੀ ਸੀ ਉਹ? ਕਰਨੈਲ ਸੂਬੇਦਾਰ ਦੀ ਧੀ ਸੀ। ਸੂਬੇਦਾਰ? ਉਹ ਟੀਟੇ ਬੈਲੀ ਦੀ ਭੈਣ? ਹਾਂ ਹਾਂ, ਦੀਪੀ ਦੀ ਗੱਲ ਕਰਦਾ। ਵੇ ਰਾਣਿਆ, ਬੜਾ ਤੀਰ ਨਿਸ਼ਾਨੇ ਤੇ ਮਾਰਿਆ। ਬਾਈ ਬੈਲੀਆਂ ਦੀ ਕੁੜੀ ਨਾਲ ਪਿਆਰ ਤਾਂ ਪਾਲਿਆ, ਮਹਿੰਗਾ ਪਊ ਮਿੱਤਰਾ। ਉਹ ਜਦੋਂ ਪਿਆਰ ਹੀ ਪਾਲਿਆ ਫਿਰ ਮਹਿੰਗਾ ਕੀ ਤੇ ਸਸਤਾ ਕੀ? ਓਏ ਬਾਈ, ਇਹਨਾਂ ਨੇ ਟੀਟੇ ਹੋਰਾਂ ਨੇ ਸਾਡਾ ਬਾਈ ਮੋੜ ਮਾਰਿਆ ਸੀ। ਹਾਂ ਹਾਂ ਬਾਈ,
तू हुक्म करी जान बार देंगे जान जान ता बार दोगे जो दा फोन आउ ताही भाई जेड़े कागज ते तेरा नंबर लिखा सी ओदा उने अग च सिरता है नहीं नहीं यार मेनू अपने प्यार ते यकीन है फोन ता ओदा जरूर आऊगा लगदा आ गया फोन वो लगदा हुन रब अपने ते दयाल हो गया हुन अपन नु हथियारां दी लोड़ नहीं ओए हां जिन्ना दी कुड़ी अख मटके करे ओ ता साला शर्म नाली मर जांदा है हेलो 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 कौन जी मैं मनदीप हूं अच्छा अच्छा मेरी दीपी मैं तुहाडे फोन दा इंतजार कर रहा सी जी हां जी कल नु तुसी आ जाओ उस जगह ते ओके बाबा आई लव यू राणे रोटी खा पुत हाय मैं मर जा पुत रोटी खान नहीं लगे हले इनू इधर रख पुत पढ़ाई दे नाल नाल सेहत भी जरूरी है जे खावा पीवांगे फिर ही काम करांगे फिर ही पढ़ांगे रोटी खा बाला सेना मेरा पुत ਲੈ ਖਾ ਲਾ ਪਤਾ ਨਹੀਂ ਇਹ ਮੁੰਡੇ ਨੂੰ ਕੀ ਹੋਇਆ ਕੀ ਤੇ ਗਿਆ ਪੂਰਾ ਹੀ ਖਿਆਲ ਨਹੀਂ ਰੱਖਦਾ ਆਪਣੀ ਸਿਹਤ ਦਾ ਆ ਮੁੰਡੇ ਨੇ ਇੱਕ ਦੂਜੇ ਦਾ ਖਹਿੜਾ ਛੱਡ ਦੇ ਦਰਵਾਜੇ ਦਾ ਖਹਿੜਾ ਛੱਡ ਦੇ ਦਰਬਾਰਾ ਸੂਦੇ ਮੁੰਡੇ ਨੂੰ ਭਲਾ ਕੀ ਲੋੜ ਹੈ ਜੱਗੂ ਨੂੰ ਖੱਟੂ ਨਾਲ ਰਲਣ ਦੀ ਇਹ ਤਾਂ ਦਿਲ ਮਿਲਿਆਂ ਦੇ ਮੇਲੇ ਨੇ ਰਾਣੇ ਵਰਗੀ ਔਲਾਦ ਰੱਬ ਸਭ ਨੂੰ ਦੇਵੇ ਇਹ ਤਾਂ ਕਿਤਾਬੀ ਕੀੜ ਹੈ ਕਿਸੇ ਦਿਨ ਅਫਸਰ ਬਣੂ ਤਨਪੁਰੇ ਦੁੱਖ ਨਾਲ ਹੁਣ ਆਪਣੇ ਦੋਨੇ ਪੁੱਤ ਜਵਾਨ ਹੋ ਚੁੱਕੇ ਨੇ ਹੁਣ ਕੋਈ ਇਹਨਾਂ ਦੀ ਰਿਸ਼ਤੇ ਦੀ ਗੱਲ ਤੋਰ ਕਿਸੇ ਕੋਲੇ ਹਾਂ ਆਈ ਸੀ ਕੱਲ ਪ੍ਰੀਤੋ ਦੀ ਨੂੰ ਪਾਲ ਕਹਿੰਦੀ ਸਾਬੇ ਦੀ ਰਿਸ਼ਤਾ ਤਾਂ ਮੈਂ ਕਰਾਉਣਾ ਹੈਗਾ ਕਹਿੰਦੀ ਮੇਰੀ ਭੂਆ ਦੀ ਕੁੜੀ ਹੈ ਨਾਲੇ ਸੋਹਣੀ ਸੁਨੱਖੀ ਵੀ ਬਹੁਤ ਜ਼ਿਆਦੇ ਹੈ ਸਾਰਾ ਦਿਨ ਕੰਮ ਕਰਦੀ ਨਹੀਂ ਥੱਕਦੀ ਬੜੀ ਸਾਊ ਕੁੜੀ ਹੈ ਭਾਜਨ ਕੋਲੇ ਲੈ ਆਓ ਆ ਵੀ ਚਾਚੀ ਲੁੱਤਰੋ ਵੀ ਨਹੀਂ ਤਾਂ ਆਗਣੀਆਂ ਭਾਜਨ ਕੁੜੀ ਆਏ ਠੀਕ ਹੈ ਭੈਣੇ ਬਹਿ ਜਾਓ ਡਾਕਟਰ ਕਹਿੰਦਾ ਐਨਕਾਂ ਲੱਗਣਗੀਆਂ ਨਹੀਂ ਪੁੱਛਿਆ ਨਾ ਵੀ ਪੰਗਾ ਹੀ ਹੈ ਇਹਦੇ ਨੂੰ ਹੋਰ ਸਾਰੇ ਠੀਕ ਠਾਕ ਨੇ ਭੈਣੇ ਹਾਂ ਭੈਣੇ ਠੀਕ ਠਾਕ ਹੈ ਤੂੰ ਦੱਸ ਤੇਰਾ ਕੀ ਹਾਲ ਹੈ ਨਹੀਂ ਬੋਜੀ ਹੈ ਜਿਹੜਾ ਟਾਈਮ ਪਾਸ ਹੋ ਆਈ ਜਾਂਦਾ ਕਿਵੇਂ ਆਉਣੇ ਹੋ ਗਏ ਅੱਜ ਸਾਡੇ ਘਰੇ ਅੰਮਾ ਅੰਮਾ ਤੁਹਾਡੇ ਘਰੇ ਬਿਜਲੀ ਵਾਲੇ ਆਏ ਨੇ ਮੀਟਰ ਲਾਉਣ ਨਹੀਂ ਲੈ ਨਹੀਂ ਆ ਸਿਆਪੇ ਜੀ ਗੱਲ ਸੁਣ ਨਹੀਂ ਕਈ ਦਿਨ ਹੋ ਗਏ ਮੈਂ ਲੈ ਲਿਆ ਹੀਟਰ ਨਹੀਂ ਮੱਚ ਗਿਆ ਮੀਟਰ ਰੁੜ ਜਾਣਾ ਤੂੰ ਉਹਦਾ ਛੱਡ ਗਿਆ ਜਦੋਂ ਮੈਂ ਦੇਖਿਆ ਨਹੀਂ ਤੇ ਮੱਚਿਆ ਪਿਆ ਹੋਰ ਭਾਈ ਸਾਡੇ ਭਾਈ ਸਾਹਿਬ ਦਾ ਕੀ ਹਾਲ ਆਇਆ ਠੀਕ ਹੀ ਹਾਲ ਤਾਂ ਜਿੱਦੇ ਜੀ ਆਈਆਂ ਮੰਜੇ 'ਚ ਪਿਆ ਰੁੜਨਾ ਮੈਂ ਲੋਕਾਂ ਨਾਲ ਗੋਲਾ ਧੰਦਾ ਕਰਕੇ ਟਾਈਮ ਪਾਸ ਕਰਦੀ ਆ ਆ ਕੁੜੀ ਕੀ ਵੀ ਹੈ ਭੈਣੇ ਨਹੀਂ ਇਹ ਤਾਂ ਜੰਗ ਦੀ ਪੋਤੀ ਹੈ ਮੋਰੇ ਦੀ ਕੁੜੀ ਨਹੀਂ ਉਹਦੀ ਮਾਂ ਬਲਾ ਹੀ ਹਰਾਮਣ ਹੈ ਘਰੇ ਜਵਾਕ ਨੂੰ ਜਰਦੀ ਮੇਰੇ ਕੋਲ ਖੇਡਦੀ ਹੈ ਚੱਲ ਪੁੱਤ ਚੱਲੀਏ ਚੰਗਾ ਵੀਰ ਮੈਂ ਫੇਰ ਆਉਂਗੀ ਰਿਸ਼ਤੇ ਦੀ ਗੱਲ ਕਰਨ ਹੁਣ ਤਾਂ ਮੇਰੇ ਘਰੇ ਮੀਟਰ ਵਾਲੇ ਆ ਰਹੇ ਨੇ ਚੰਗਾ ਚੰਗਾ ਭਾਈ ਹਿਰਨੀ ਵਰਗੀ ਤੋਰ ਉਹ ਜਿੱਥੋਂ ਦੀ ਲੰਘ ਜਾਂਦੀ ਧਰਤੀ ਸੰਭਰਦੀ ਜਾਂਦੀ ਸੀ ਚੁੰਨੀ ਉਹ ਕਹਿਣੀ ਯਾਰ ਪੂਛ ਪੂਛ ਕੰਜਰ ਦਾ ਮਜਨੀ ਪੱਪੀਆਂ ਲਈ ਜਾਂਦਾ ਸੀ ਉਹ 20 ਕਿਲੋ ਦੁੱਧ ਦਿੰਦੀ ਸੀ ਮੇਰੇ ਵਾਲੇ ਬਾਪੂ ਨੇ ਉਹੀ ਵੇਚਤੀ ਤੁਸੀਂ ਟਿਚਰਾ ਛੱਡੋ ਮੇਰਾ ਇੱਕ ਕੰਮ ਕਰੋ ਆ ਫੋਟੋ ਤੇ ਲੈਟਰ ਤੁਸੀਂ ਦੀਪੀ ਨੂੰ ਫੜਾ ਕੇ ਆਓ ਉਹ ਮੈਂ ਨਹੀਂ ਜਾਂਦਾ ਭਾਈ ਮੈਨੂੰ ਤਾਂ ਮਰੋੜੇ ਲੱਗੇ ਹੋਏ ਨੇ ਤੂੰ ਕਹਿੰਦਾ ਹੁੰਦਾ ਸੀ ਮੈਂ ਤੇਰੇ ਤੋਂ ਜਾਨ ਵਾਰ ਦੂੰ ਤੂੰ ਜਾ ਬਈ ਜਾਂ ਤੂੰ ਹੀ ਲੈ ਲੈ
ਉਹਨੇ ਸਾਲਾਂ ਦਵਾਰੀਆਂ ਤੋਂ ਕਿਉਂ ਮਰਵਾਉਣਾ? ਹਲੇ ਤਾਂ ਬਾਈ ਮੈਂ ਜਿੱਤੇ ਦਾ ਬਦਲਾ ਲੈਣਾ, ਜਿੱਤੇ ਮੋੜ ਦਾ। ਓ ਬਾਈ, ਇਹ ਤਾਂ ਕੰਮ ਬੀਬੇ ਵਿਚੋਲਣ ਦਾ, ਉਹ ਕਰਦੀ ਆ ਵਿਚੋਲਗਰੀਆਂ, ਉਹ ਲੈ ਆਉਂਦੀ ਆ ਭੂਆ। ਭੂਆ, ਹਾਂ ਭਾਈ, ਭੂਆ ਇੱਕ ਕੰਮ ਕਰਨਾ। ਕਿਹੜਾ ਕੰਮ? ਭੂਆ, ਹਾਂ, ਟੀਟੇ ਦੀ ਭੈਣ ਦੀਪੀ, ਉਹਨੂੰ ਮੇਰਾ ਫੜਾ ਦੇਵਾਂਗੇ ਫੋਟੋ ਤੇ ਚਿੱਠੀ। ਨਾ ਭਾਈ, ਮੈਂ ਨੀ ਅਜਿਹਾ ਕੰਮ ਕਰਦੀ। ਆਖੇ ਖਾਣ ਪੀਣ ਨੂੰ ਬਾਂਦਵੀ, ਡੰਡੇ ਖਾਣ ਨੂੰ ਰਿਸ਼। ਭੂਆ, ਐ ਨਾ ਕਰ, ਤੈਂ ਵੀ ਕਦੇ ਕਿਸੇ ਨੂੰ ਪਿਆਰ ਕੀਤਾ ਹੋਣਾ, ਤੈਨੂੰ ਉਹਦਾ ਵਾਸਤਾ। ਵੇ ਕਾਹਨੂੰ ਮੇਰੇ ਚੀਮੇ ਵਾਲਾ, ਤੂੰ ਤੇ ਪੀ ਮਸ ਨਿਆਰ ਯਾਦ ਕਰਾਉਣਾ। ਚੰਗਾ ਪਿਆ ਆਪਾਂ 100 ਰੁਪਈਆ। ਅੱਛਾ, ਚੰਗਾ ਭਾਈ, ਤੇਰਾ ਕੰਮ ਹੋ ਗਿਆ। ਉਹ ਤੂੰ ਉਹਨੂੰ ਕਹਿ ਕੇ ਸਾਡਾ ਵੀ ਰਿਸ਼ਤਾ ਕਰਾ ਦੇ ਕਿਤੇ। ਉਹ ਤੇਰਾ ਤਾਂ ਹੋ ਜੂ ਕੰਜਰ, ਮੇਰੀ ਉਮਰ ਟੱਪਦੀ ਜਾਂਦੀ ਹੈ। ਪਤਾ ਨੀ ਕੀ ਬਣੂ ਇਸ ਕੁੜੀ ਦਾ। ਸੋਹਣੇ ਤਾਂ ਲੱਗਦੇ ਨੇ, ਪਰ ਹੁਣ ਸੰਗਣ ਦੀ ਕੀ ਲੋੜ ਹੈ, ਹੁਣ ਤਾਂ ਤੂੰ ਮੇਰੀ ਹੋ ਗਈ। ਆਈ ਕਾਕੇ, ਮੈਂ ਹੁਣ ਹੀ ਦੇਖ ਕੇ ਆਪਣੀ ਦੀਪੀ ਰਾਣੀ ਨਾਲ ਪਿਆਰ ਦਿਆਂ ਪੀਂਘਾਂ ਝੂਟ। ਉਹ ਕਿਤੇ ਤੇਰਾ ਦਿਮਾਗ ਤਾਂ ਨੀ ਫਿਰ ਗਿਆ? ਬਾਈ, ਮਾਰ ਭਾਵੇਂ ਛੱਡ, ਗੱਲ ਸੱਚ, ਆਪਣੀ ਦੀਪੀ ਚਾਹੀਦਾ ਹਰਕ ਤਾਂ ਕਰੇ। ਜੀ ਭਾਬੀ, ਭਾਈ ਦੀਪੀ ਦੇ ਕਮਰੇ ਚੋਂ ਆਹਾ ਕੁਛ ਮਿਲਿਆ। ਉਹ ਦੀਪੀ ਆਪਣੀ ਇਹੋ ਜਿਹੀ ਹਰਕਤ ਨਾ ਕਰਦੀ ਹੋਗੀ, ਉਹ ਰੰਨ ਕੇ ਖਾ ਜਾਓ ਉਸਨੂੰ। ਭੂਆ, ਆ ਮੁੰਡੇ ਨੂੰ ਨਾ ਲਾਟਰੀ ਲੱਗੀ ਆ, ਲਾਟਰੀ ਮਹਿਕਮੀਆਂ ਲੱਗੀਆਂ ਨੇ, ਫਿਰ ਡਾਕਟਰ ਕੋਲ ਜਾਓ। ਓ ਨਹੀਂ ਭੂਆ, ਲਾਟਰੀ ਲੱਗੀ ਆ ਪੂਰੇ 1.5 ਕਰੋੜ ਦੀ, ਇਹ ਮੁੰਡਾ ਕਿੱਥੇ ਮਿਲੂ? ਭੂਆ, ਇਹਨੂੰ ਇਨਾਮ ਨਿਕਲੀ ਹੈਗੀ, ਨਾਮ ਨੰਬਰ ਲੱਗ ਗਿਆ ਦਾ। ਹਾਂ ਭੂਆ, ਅੱਛਾ ਅੱਛਾ, ਇਹ ਮੁੰਡਾ ਤਾਂ ਭਾਈ ਆਪਣੇ ਉਹ ਖੇਤ ਨਾ ਉੱਥੇ ਗਿਆ ਗਾ ਹੁਣੀ। Thank you.
ਤੇਰੀ ਹਿੰਮਤ ਕਿਵੇਂ ਹੋਈ ਸਾਡੇ ਘਰ ਵੱਲ ਚੱਕਣ ਦੀ? ਚਾਰ ਕੁੱਤੇ ਰੱਖ ਕੇ ਤੇ ਨਾਲ ਬਦਮਾਸ਼ ਰੱਖ ਕੇ ਨਾਲ ਹਥਿਆਰ ਲੈ ਕੇ ਕੋਈ ਸੂਰਮਾ ਨਹੀਂ ਬਣ ਜਾਂਦਾ। पुत कसूर ना तो थोड़ा ना कसूर ओदा, ए तो कसूर ओदी उम्र दा गा। देख भूआ ओदे पिछे असी राणा भी कुट सटिया। देख भूआ साडे तो मां है नहीं जी, सानू तो कुछ पता नहीं। फिर मां दे पुत्ता 100 रुपया कढ फिर। भूआ 100 दा नोट की 500 चक तू जांदा रे भाई। लै आखे चंगे काम नु देर कादी, मैं तां अज ही जानी आ फिर। भूआ दे जा चंगा पुत्त, सत श्री अकाल। आजा रामू चली आ। अपनी दीपी हरकतां तों बाज नहीं आउंदी। देखो असीं रेतगढ़ वाला भी मुंडा कुट दिता, पर कसूर तां अपनी दीपी दा भी सी। असीं किहदे किहदे नाल लड़ाई मुल लैंदे फिरांगे? बापू जी मेरी मनो, इह दीपी दा किते ब्याह कर दो। ਉਹ ਤਾਂ ਘਰ ਵਾਰ ਤੁਹਾਨੂੰ ਸੁਣਾਤਾ, ਜਿਵੇਂ ਤੁਹਾਨੂੰ ਚੰਗਾ ਲੱਗਦਾ ਕਰ। ਜੇ ਤਾਂ ਹੁਣ ਨਾ ਦੱਸਿਆ ਤਾਂ ਪੰਗਾ, ਜੇ ਦੱਸਤਾ ਤਾਂ ਪੰਗਾ। ਰਾਣਾ ਕਾਇਮ ਪੁੱਤ ਹੁਣ ਤੂੰ ये मैं ना दसिया तू कहेगा भी दसिया नहीं। भूआ ने दीपी का ब्याह धरता, दीपी का ब्याह धरता। रामू हां जी, ये की करता ओए? दादा जी दाता पट दिया का पट दिया पुए। हां चल सेने हसना, ओने हैगा अपना भाई राणा। आहो अंग्रेजी च बीड़ी। चल कुछ भी होया बीड़ी नी, सीडी सीडी वाला फिल्म है पुआ। है सीडी वाला फिल्म? अच्छा कोई ना दे दांगे। हाँ जागा के फड़ा दी दारू ना किया मेरे पुत्र बन के। कोई ना तो सिर तक नाल ही जाओ।
विछड़े ते दिल भी ना रोवे, यार विछड़े ते दिल भी ना रोवे, ऐडा साडा नहीं ओ जिगराया रे विछड़े, दिल टूटे ते कड़ा कवि ना होवे, दिल टूटे ते खड़ा कवि ना होवे, ऐडा साडा नहीं ओ जिगराया रे विछड़े, यार विछड़े ते दिल भी ना रोवे, यार बिछड़े ते दिल भी ना रोवे, ऐडा साडा नहीं ओ जिगरा यार बिछड़े। तेरे प्यार दी निशानी सानू वड़ वड़ खावे, किथे गईयां ओह गल्लां किथे गए ओह वादे, तेरे प्यार दी निशानी सानू वड़ वड़ खावे, केड़ा बिरहो मसाना होने सोवे, केड़ा बिरहो मसाना होने सोवे, ऐडा साडा नहीं ओ जिगरा यार बिछड़े, यार बिछड़े ते दिल भी ना रोवे, यार बिछड़े ते दिल भी ना रोवे, ऐडा साडा नहीं ओ जिगरा यार बिछड़े। ਭਜਨ ਘੁਰੇ ਆਪਣੇ ਰਾਣੇ ਪੁੱਤ ਨੂੰ ਮੁੰਡਿਆਂ ਨੇ ਕੁੱਟਿਆ ਕਿਉਂ? ਕੀ ਦੱਸਾਂ ਰਾਣੇ ਦੇ ਬਾਪੂ, ਆ ਨੇੜਲੇ ਪਿੰਡ ਦੀ ਕੁੜੀ ਆ ਕੋਈ ਮਨਦੀਪ, ਮਨਦੀਪ ਚੰਦਰਾ ਉਹਦੀ ਗੱਲ ਦਿਲ ਤੇ ਲਾਈ ਬੈਠਾ, ਮੈਨੂੰ ਤਾਂ ਆਪ ਹੁਣ ਪਤਾ ਲੱਗਿਆ ਗਾ, ਮੈਨੂੰ ਤਾਂ ਇੰਨੀਆਂ ਵਧੀਆ ਆਸਾਂ ਸੀਗੀਆਂ, ਪਤਾ ਹੀ ਨਹੀਂ ਸੀ ਵੀ ਇਹੋ ਜਿਹਾ ਬਣ ਜੂਗਾ, ਇੰਨਾ ਸਿਆਣਾ ਸੀਗਾ, ਇੰਨੀਆਂ ਸਿਆਣੀਆਂ ਸਮਾਂ ਦੀ ਆਪਾਂ ਨੂੰ ਮੱਤਾਂ ਦਿੰਦਾ ਸੀ। ਹੇ ਰੱਬਾ ਤੂੰ ਹੀ ਮਿਹਰ ਕਰੀ, ਮੈਨੂੰ ਤਾਂ ਮੇਰੇ ਰਾਣੇ ਪੁੱਤ ਤੇ ਬਹੁਤ ਉਮੀਦਾਂ ਸਨ। ਚੰਗਾ ਭਜਨ ਕੁਰੇ ਮੈਂ ਚੱਲਦਾ ਫਿਰ। ਰਾਣੇ ਬਾਈ ਠੀਕ ਆ? ਓ ਰਾਣੇ ਤੂੰ ਬੋਲਦਾ ਕਿਉਂ ਨਹੀਂ? ਰਾਣੇ ਯਾਰਾ ਪੈਗਲਾ ਬਹੁਤ ਦਿਨ ਹੋ ਗਈ ਪੀਤੀ ਨੂੰ ਮੇਰੇ ਯਾਰਾ। ਓ ਰਾਣੇ ਤੂੰ ਭੁੱਕੀ ਖਾ, ਮੇਰੇ ਮਾਂਗੂ ਤਕੜਾ ਹੋ ਜਾਏਗਾ। ਓ ਤੂੰ ਯਾਰਾ ਹੱਸਦਾ ਕਿਉਂ? ਰਾਣੇ ਓ ਤੂੰ ਹੱਸਦਾ ਕਿਉਂ ਯਾਰ? ਚੱਲ ਧਿਆਨ ਨਾਲ ਗੱਲ ਸੁਣ ਮੇਰੀ, ਅੱਜ ਰਾਤ ਨੂੰ 11 ਵਜੇ ਦੀਪੀ ਨੇ ਮਿਲ ਆਉਣਾ ਤੈਨੂੰ, ਯਾਰਾ ਆਖਰੀ ਵਾਰ ਹੈ, ਠੀਕ ਹੈ? ਤੂੰ ਜ਼ਰੂਰ ਜਾਈਂ, ਜਾਈਂ ਜ਼ਰੂਰ, ਕੋਈ ਗੱਲ ਹੌਸਲਾ ਰੱਖ ਯਾਰਾ, ਓਏ ਚੁੱਪ ਕਰ। ਯਾਦਾਂ ਕੋਲ ਮੇਰੇ ਹਾਲ ਮੇਰਾ ਕੀ ਬਣਾਇਆ, ਜਿਹੜਾ ਲੰਘ ਗਿਆ ਵੇਲਾ ਉਹ ਮੁੜ ਕੇ ਨਾ ਆਇਆ, ਰਹੀਆਂ ਯਾਦਾਂ ਕੋਲ ਮੇਰੇ ਹਾਲ ਮੇਰਾ ਕੀ ਬਣਾਇਆ, ਜਿਹੜਾ ਲੰਘ ਗਿਆ ਵੇਲਾ ਉਹ ਮੁੜ ਕੇ ਨਾ ਆਇਆ, ਸਾਡੇ ਮੂੰਹੋਂ ਤੇਰਾ ਜ਼ਿਕਰ ਨਾ ਹੋਵੇ, ਸਾਡੇ ਮੂੰਹੋਂ ਤੇਰਾ ਜ਼ਿਕਰ ਨਾ ਹੋਵੇ, ਐਡਾ ਸਾਡਾ ਨਹੀਂ ਓ ਜਿਗਰਾ ਯਾਰ ਵਿਛੜੇ, ਯਾਰ ਵਿਛੜੇ ਤੇ ਦਿਲ ਵੀ ਨਾ ਰੋਵੇ, ਯਾਰ ਵਿਛੜੇ ਤੇ ਦਿਲ ਵੀ ਨਾ ਰੋਵੇ, ਐਡਾ ਸਾਡਾ ਨਹੀਂ ਓ ਜਿਗਰਾ ਯਾਰ ਵਿਛੜੇ।
ਸਾਡੇ ਤੇ ਕੀ ਬੀਤੀ ਸਾਨੀ ਰਾਹ ਦੇ ਵਿੱਚ ਛੱਡ ਗਏ ਹੋ ਚੰਗੀ ਨਹੀਂ ਉਹ ਕੀਤੀ ਮੀਨੂੰ ਤਗਾਏ ਕਮਾਇਆ ਸੋਚ ਸਾਡੇ ਤੇ ਕੀ ਬੀਤੀ ਸਾਨੀ ਰਾਹ ਦੇ ਵਿੱਚ ਛੱਡ ਗਈ ਹੋ ਚੰਗੀ ਨਹੀਂ ਉਹ ਕੀਤੀ ਤੈਨੂੰ ਭੁੱਲ ਜਾਵਾਂ ਇਹ ਕਿੰਜੀ ਹੋਵੇ ਤੈਨੂੰ ਭੁੱਲ ਜਾਵਾਂ ਇਹ ਕਿੰਜੀ ਹੋਵੇ ਤਾਇਆ ਸਾਡਾ ਨਹੀਂ ਉਹ ਜਿਗਰਾ ਯਾਰ ਵਿਛੜੇ ਯਾਰ ਵਿਛੜੇ ਤੇ ਦਿਲ ਵੀ ਨਾ ਰੋਵੇ ਯਾਰ ਵਿਛੜੇ ਤੇ ਦਿਲ ਵੀ ਨਾ ਰੋਵੇ ਆਇਆ ਸਾਡਾ ਨਹੀਂ ਉਹ ਜਿਗਰਾ ਯਾਰ ਵਿਛੜੇ ਦਿਲ ਟੁੱਟੇ ਤੇ ਖੜਾ ਕਵੀ ਨਾ ਹੋਵੇ ਦਿਲ ਟੁੱਟੇ ਤੇ ਖੜਾ ਕਵੀ ਨਾ ਹੋਵੇ ਆਇਆ ਸਾਡਾ ਨਹੀਂ ਉਹ ਜਿਗਰਾ ਯਾਰ ਵਿਛੜੇ ਯਾਰ ਵਿਛੜੇ ਯਾਰ ਵਿਛੜੇ ਯਾਰ ਵਿਛੜੇ ਯਾਰ ਵਿਛੜੇ ਤੂੰ ਕੀ ਹਾਲ ਬਣਾ ਲਿਆ ਤੂੰ ਤਾਂ ਮੈਨੂੰ ਮੱਤਾ ਦਿੰਦਾ ਹੁੰਦਾ ਸੀ ਚੰਦਰਿਆ ਅੱਜ ਕਿਸਮਤ ਅੱਗੇ ਆਪ ਹੀ ਇੱਥੇ ਖੜੇ ਕਰ ਦਿੱਤੇ ਰਾਣੇ ਮੈਨੂੰ ਭੁੱਲ ਤਾਂ ਨਹੀਂ ਜਾਵੇਗਾ ਬੜੀ ਭੁੱਲ ਸਕਦੀ ਹੈ ਯਾਰਾ ਬਰਸਾਤਾਂ ਨੂੰ ਤਾਰੇ ਭੁੱਲ ਸਕਦੇ ਨੇ ਕਾਲੀਆਂ ਰਾਤਾਂ ਨੂੰ ਪੰਛੀ ਭੁੱਲ ਸਕਦੇ ਨੇ ਹਰਾ ਪ੍ਰਭਾਤਾਂ ਨੂੰ ਅੰਬਰਾਂ ਵਿੱਚੋਂ ਸੂਰਜ ਕਿਤੇ ਹੋ ਸਕਦਾ ਮੈਂ ਤੈਨੂੰ ਭੁੱਲ ਜਾਵਾਂ ਇਹ ਨਹੀਂ ਹੋ ਸਕਦਾ ਪ੍ਰੀਤ ਇਹ ਨਹੀਂ ਹੋ ਸਕਦਾ ਪ੍ਰੀਤ ਰਾਤ ਬਹੁਤ ਹੋ ਚੁੱਕੀ ਹੈ ਤੂੰ ਜਾ ਸਾਡਾ ਕੀ ਹੈ ਅਸੀਂ ਤਾਂ ਤੇਰੀ ਯਾਦਾਂ ਦੇ ਸਹਾਰੇ ਹੀ ਜੀ ਲਾਂਗੇ ਤੂੰ ਜਾ ਚੰਗਾ ਰਾਣੇ ਮੈਂ ਜਾਂਦੀ ਹਾਂ ਦੇਖੀ ਮੇਰੇ ਜਾਣ ਪਿੱਛੋਂ ਕੋਈ ਗਲਤ ਕਦਮ ਨਾ ਚੁੱਕੀ ਚੱਲ ਰਾਣੇ ਤੂੰ ਵੀ ਘਰ ਚੱਲ ਅੱਜ ਮੇਰੇ ਕੋਲ ਭੁੱਕੀ ਹੈ ਨੀ ਮੈਨੂੰ ਵੀ ਪੈਗ ਲਵਾ ਲੈ ਮੈਂ ਤਾਂ ਤੈਨੂੰ ਰੋਜ਼ ਕਹਿਣਾ ਤੂੰ ਹੀ ਭੁੱਕੀ ਭੁੱਕੀ ਦਾ ਨਜ਼ਾਰਾ ਦੇਖੀ ਕਿਉਂ ਵੱਡਿਆ ਰਾਂਝਿਆ ਮਿਲਿਆ ਰਾਤ ਮਹਿਬੂਬਾ ਨੂੰ ਕਿ ਲਾਰਾ ਲਾ ਕੇ ਓਹਦੀ ਬਦਨਾਮੀ ਹੁੰਦੀ ਹੈ ਅੱਜ ਤਾਂ ਵੀ ਸੱਚ ਕਹਾਂਗੇ ਗਿੱਟੇ ਲੱਗੇ ਚਾਹੇ ਗੋਡੇ ਮੇਰੇ ਪਿਆਰ ਨੂੰ ਇੰਜ ਨਾ ਕਹੋ ਓਏ ਮੀਰਾਂ ਦਾ ਸ਼ੌਂਕ ਹੁੰਦਾ ਧੋਖਾ ਦੇਣਾ ਓਏ ਦਿਲ ਤੋੜਨੇ ਦਾ ਇਹਨਾਂ ਦਾ ਸ਼ੌਂਕ ਹੈ ਵੀ ਮਗਰ ਲਈ ਫਿਰਦੀ ਹੈ ਓ ਪੈਗ ਪਾਏ ਨੂੰ ਇਹੀ ਹੈ ਟੁੱਟੇ ਦਿਲਾਂ ਦਾ ਇਲਾਜ
ਰੋਏ ਤੋਂ ਇਲਾਜ ਨੀ ਹੋਣਾ, ਇਹਦਾ ਹੌਸਲੇ ਕਰਨੇ ਪੈਣਗੇ ਸਾਡੇ ਬੰਦੂ। ਦੇਖ ਮੇਰੇ ਵੱਲ ਦੇਖ, ਚੱਕ ਕੇ ਨੂੰ ਫੇਰ ਦੇਖੀ ਪੈਗ ਲੈ ਤੂੰ। ਜੱਗੂ ਪੁੱਤ ਨੇ ਪਤਾ ਵੀ ਕੀ ਗੱਲ ਹੋਈ ਹੈ, ਕਿਵੇਂ ਸੱਟਾਂ ਮਾਰੀਆਂ ਚੰਦਰੇ ਦੀ? ਕੋਈ ਖਾਸ ਗੱਲ ਨੀ ਸੀ, ਕੋਈ ਗੱਲ ਪਤਾ ਤਾਂ ਹੋਊ ਪੁੱਤ, ਸਾਰਾ ਦਿਨ ਤੂੰ ਤਾਂ ਨਾਲ ਰਹਿੰਦਾ, ਪਹਿਲਾਂ ਤੈਨੂੰ ਕਿਵੇਂ ਨਾ ਪਤਾ ਹੋਵੇ? ਦੱਸ ਲਵੇ ਬੇਬੇ, ਪਤਾ ਹੀ ਗੱਲ ਹੈ ਨਾ, ਜਿਹੜੀ ਨਾਲ ਦੇ ਪਿੰਡ ਨੇ ਉਹਨੇ ਆਪਣੇ ਜੈਲਦਾਰ ਉਹਨਾਂ ਦੀ ਕੁੜੀ ਹੈ, ਤੇ ਅਸੀਂ ਵਿਆਹ 'ਚ ਗਏ ਸੀਗੇ। ਅੱਛਾ ਪੁੱਤ। ਉੱਥੇ ਕਿਤੇ ਬਸ ਨਾ ਕੁੜੀ ਮਾੜਾ ਮੋਟਾ ਕੁਛ ਇਹਨੂੰ ਕਿਹਾ ਹੋਣਾ, ਮੈਨੂੰ ਤਾਂ ਪਤਾ ਨਹੀਂ। ਉਦੋਂ ਅਸੀਂ ਇਹ ਵੱਗ ਗਏ ਉੱਥੇ, ਬਸ ਉਹਨਾਂ ਨੂੰ ਮੁੰਡਿਆਂ ਨੇ ਸਾਨੂੰ ਘੇਰ ਕੇ ਪੁੱਟਿਆ। ਪਹਿਲਾਂ ਕਿਉਂ ਨਹੀਂ ਦੱਸੀ ਤਾਂ ਇਹ ਗੱਲ? ਇਹਨੇ ਮੈਨੂੰ ਸੌਂਹ ਖਵਾ ਦਿੱਤੀ ਸੀ ਅਗਲਾ ਮਾਰ ਵੀ ਸਕਦਾ ਹਰਖ 'ਚ ਆਇਆ ਨਾ, ਇਹ ਤਾਂ ਕਿਤੇ ਮਾਰ ਨਾ ਦਿੰਦੇ ਨਾ। ਇਹ ਕੀ ਹੈ ਪੁੱਤ, ਵੱਡੀਆਂ ਵੱਡੀਆਂ ਗੱਲਾਂ, ਵੱਡੀਆਂ ਵੱਡੀਆਂ ਵਾਰਦਾਤਾਂ ਹੋ ਜਾਂਦੀਆਂ ਇਹਨਾਂ ਕੰਮਾਂ 'ਚ। ਲੈ ਲੈ ਤੂੰ ਐਂ ਨਾ ਫਿਕਰ ਕਰਿਆ ਕਰ, ਫਿਕਰ ਕਰਿਆ ਨਾ ਪੁੱਤ, ਮਾਵਾਂ ਨੂੰ ਫਿਕਰ ਹੁੰਦਾ, ਹੋਰ ਕਿਹਨੂੰ ਫਿਕਰ ਹੁੰਦਾ ਪੁੱਤਾਂ ਦਾ? ਨਹੀਂ ਕੋਈ ਗੱਲ ਨਹੀਂ ਏਡੀ, ਐਂ ਸਾਲੇ ਕਿਤੇ ਉਹ ਸਾਨੂੰ ਮਾਰ ਕੇ ਕਿਤੇ ਖਪਾ ਨਾ ਦੇਣ। ਬਾਪੂ ਕਿੱਥੇ ਗਿਆ? ਦੁਸ਼ਮਣੋ, ਤੁਸੀਂ ਇਸ ਜਨਮ ਦੇ ਵਿੱਚ ਤਾਂ ਸਾਡੇ ਪਿਆਰ ਨੂੰ ਕਬੂਲ ਨਹੀਂ ਕੀਤਾ, ਇਸ ਜਹਾਨ 'ਚ ਤਾਂ ਸਾਨੂੰ ਨਹੀਂ ਮਿਲਣ ਦਿੱਤਾ, ਪਰ ਅਗਲੇ ਜਨਮ 'ਚ ਦੀਪੀ ਨੂੰ ਮਿਲਣ ਤੋਂ ਨਹੀਂ ਰੋਕ ਸਕਦੇ। ਦੇਖ ਲਓ ਲੋਕੋ, ਇਹਦੇ ਮਾਂ ਬਾਪ ਨੂੰ ਕਿੰਨੀ ਆਸਾਂ ਸੀ ਵੀ ਸਾਡਾ ਪੁੱਤ ਵੱਡਾ ਹੋ ਕੇ ਅਫਸਰ ਬਣੂਗਾ। ਪੁੱਤ ਨਸ਼ੇ ਨਾ ਕਰਿਆ ਕਰੋ, ਮਾੜੇ ਕੰਮਾਂ ਦਾ ਨਤੀਜਾ ਮਾੜਾ ਹੀ ਹੁੰਦਾ ਗਾ। ਹੈਂ ਹਾੜੇ ਹੱਥ ਜੋੜ ਕੇ ਕਹਿੰਦੀ ਆ, ਲੋਕੋ ਭੁੱਲ ਕੇ ਨਾ ਕਦੇ ਕਰਿਓ ਪਿਆਰ, ਹਾੜੇ ਨਾ ਕਰਿਓ ਪਿਆਰ।